ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਤੁਹਾਡਾ ਸਵਾਗਤ ਹੈ। 23 ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਵ ਲਿਓ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, 1723 ਈਸਵੀ ਵਿੱਚ ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਦੀ ਧਰਤੀ 'ਤੇ ਅਵਤਾਰ ਧਾਰਿਆ। ਸੋ ਉਹਨਾਂ ਦਾ 350 ਸਾਲਾ ਪਟਨਾ ਸਾਹਿਬ ਵਿਖੇ ਬੜੀ ਸ਼ਰਧਾ ਦੇ ਭਾਵਨਾ ਨਾਲ ਜਨਵਰੀ ਦੇ ਪਹਿਲੇ ਹਫ਼ਤੇ ਮਨਾਇਆ ਜਾ ਰਿਹਾ ਹੈ। ਬਿਹਾਰ ਗੌਰਮੈਂਟ ਵੱਲੋਂ, ਇੱਥੋਂ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਜੀ ਵੱਲੋਂ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਚਾਹੇ ਪਟਨਾ ਦੀ ਡਿਵੈਲਪਮੈਂਟ ਦੀ ਗੱਲ ਕਰੀਏ, ਚਾਹੇ ਪਟਨਾ ਸਾਹਿਬ ਦੇ ਤਖ਼ਤ ਸਾਹਿਬ ਦੇ ਆਸ ਪਾਸ ਦੇ ਸੁੰਦਰਤਾ ਦੀ ਗੱਲ ਕਰੀਏ, ਇਸ ਦੇ ਨਾਲ ਹੀ ਬਿਹਾਰ ਸਰਕਾਰ ਵੱਲੋਂ ਜਿਹੜਾ ਮੇਨ ਸਿਹਰਾ ਜਾਂਦਾ ਹੈ ਉਹ ਬੀਬੀ ਹਰਜੋਤ ਕੌਰ ਜੀ ਨੂੰ ਜਾਂਦਾ ਹੈ, ਜੋ ਕਿ ਬਿਹਾਰ ਸਰਕਾਰ ਵੱਲੋਂ ਇੱਕ ਅਹਿਮ ਰੋਲ ਅਦਾ ਕਰ ਰਹੇ ਹਨ, ਬਿਹਾਰ ਸਰਕਾਰ ਵੱਲੋਂ ਨੁਮਾਇੰਦਗੀ ਕਰ ਰਹੇ ਹਨ। ਅਤੇ ਬੜੇ ਖੁਸ਼ੀ ਦੀ ਗੱਲ ਹੈ, ਉਹ ਆਪ ਖੁਦ ਇੱਕ ਸਿੱਖ ਹਨ ਅਤੇ ਆਪਣੀ ਭਾਵਨਾ ਨਾਲ ਇਹ ਸਾਰੇ ਕੰਮ, ਜਿੱਥੋਂ ਤੱਕ ਮੈਨੂੰ ਪਤਾ ਚੱਲਿਆ, ਮੈਂ ਕੱਲ੍ਹ ਦਾ ਬਿਹਾਰ ਦੇ ਵਿੱਚ ਆਇਆ ਹੋਇਆ, ਪਤਾ ਚੱਲ ਰਿਹਾ ਵੀ ਹਰ ਜਗ੍ਹਾ 'ਤੇ ਜਾ ਕੇ ਪ੍ਰਬੰਧਕ ਜਿਹੜੇ ਪ੍ਰਬੰਧਕ ਹੋ ਰਹੇ ਹਨ ਉਹਨਾਂ ਦਾ ਜਾਇਜ਼ਾ ਆਪ ਜਾ ਕੇ ਲੈ ਰਹੇ ਹਨ ਅਤੇ ਦਿਨ ਰਾਤ ਉਹਨਾਂ ਨੇ ਇੱਕ ਕੀਤਾ ਹੋਇਆ। ਆਓ ਅਸੀਂ ਇਹਨਾਂ ਨੂੰ ਜਿੱਥੇ ਵਧਾਈ ਦਿੰਦੇ ਹਾਂ ਉੱਥੇ ਨਾਲ ਹੀ ਇੱਥੋਂ ਦੇ ਪ੍ਰਬੰਧ ਬਾਰੇ ਵੀ ਗੱਲ ਕਰਦੇ ਹਾਂ, ਕਿਸ ਤਰ੍ਹਾਂ ਦੇ ਬਿਹਾਰ ਦੇ ਇਹਨਾਂ ਨੇ ਪ੍ਰਬੰਧ ਕੀਤੇ ਹਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਕੌਰ ਜੀ, ਤੁਹਾਨੂੰ ਪਹਿਲੇ ਤਾਂ ਬਹੁਤ ਬਹੁਤ ਵਧਾਈ ਹੋਵੇ, ਜੋ ਆਪ ਜੀ ਨੂੰ 350 ਸਾਲਾ ਪ੍ਰਕਾਸ਼ ਪੁਰਬ ਦੇ ਕਾਰਜਾਂ ਦੀ ਸੇਵਾ ਮਿਲੀ ਹੈ, ਤੁਸੀਂ ਬੜੇ ਭਾਗਾਂ ਵਾਲੇ ਹੋ। ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਦੱਸੋ, ਜਿਹੜੇ ਜਨਵਰੀ ਦੇ ਫਸਟ ਵੀਕ ਦੇ ਵਿੱਚ ਜੋ ਪ੍ਰੋਗਰਾਮ ਉਲੀਕੇ ਗਏ ਹਨ, ਪਹਿਲੇ ਤਾਂ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿਓ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਮੇਨ ਫੰਕਸ਼ਨ ਜਿਹੜਾ ਹੈ ਉਹ ਤਾਂ 5 ਜਨਵਰੀ ਨੂੰ ਉਹਨਾਂ ਦਾ ਜਨਮ ਦਿਨ ਹੈ, ਪਰ 25 ਦਸੰਬਰ ਤੋਂ ਹੀ ਅਸੀਂ ਸਾਰੀ ਤਿਆਰੀਆਂ ਕਰ ਲਈਆਂ। ਬਿਹਾਰ ਸਰਕਾਰ ਨੇ ਕਾਫੀ ਵੱਡੀ 3 ਜਗ੍ਹਾ ਟੈਂਟ ਸਿਟੀ ਬਣਾਈ ਹੈ ਤਾਂ ਕਿ ਜਿੰਨੇ ਵੀ ਸ਼ਰਧਾਲੂ ਆ ਰਹੇ ਨੇ, ਜਿੱਥੋਂ ਵੀ ਆ ਰਹੇ ਨੇ, ਉਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਹੋਏ। ਠੰਡ ਦਾ ਮੌਸਮ ਹੈ, ਸਭ ਕੋਈ ਸੋਚਦਾ ਹੈ ਕਿ ਕਿੱਦਾਂ ਆਈਏ, ਕਿੱਦਾਂ ਰਹੀਏ, ਕੋਈ ਖਿਆਲ ਰੱਖੇਗਾ ਕਿ ਨਹੀਂ। ਅਤੇ ਅਸੀਂ ਉਹੀ ਸਾਰਿਆਂ ਨੂੰ ਹੱਥ ਜੋੜ ਕੇ ਸਾਡੀ ਇਹੀ ਬੇਨਤੀ ਹੈ ਕਿ ਅਸੀਂ ਸਾਰੀ ਤਿਆਰੀ ਕੀਤੀ ਹੈ ਤੁਹਾਡੇ ਰਹਿਣ ਲਈ, ਠੰਡ ਨਾ ਲੱਗੇ, ਕੋਈ ਪਰੇਸ਼ਾਨੀ ਨਾ ਹੋਏ, ਗਰਮ ਪਾਣੀ ਤੱਕ ਦਾ ਇੰਤਜ਼ਾਮ ਅਸੀਂ ਸੋਚ ਕੇ ਰੱਖਿਆ ਹੈ। ਅਤੇ ਸਾਡੀ ਬਸ ਇੱਕ ਹੀ ਬੇਨਤੀ ਹੈ ਸਾਰਿਆਂ ਨੂੰ ਕਿ ਅਸੀਂ ਲੋਕ ਇਹੀ ਚਾਹੁੰਦੇ ਹਾਂ ਕਿ ਸਾਡੇ 300 ਸਾਲਾ ਜਿਹੜਾ ਮਨਾ ਰਹੇ ਹਾਂ ਅਸੀਂ ਇੰਨੀ ਧੂਮਧਾਮ ਨਾਲ, ਸਾਹਿਬ ਕਮਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ, ਉਹ ਬਹੁਤ ਅੱਛੀ ਤਰ੍ਹਾਂ ਮਨੇ ਅਤੇ ਜਿਹੜਾ ਵੀ ਬੰਦਾ ਇੱਥੇ ਆਏ ਉਹ ਵਾਹਿਗੁਰੂ ਦਾ ਨਾਂ ਲੈ ਕੇ ਜਾਏ ਅਤੇ ਮਨ 'ਚ ਉਹਦੇ ਪ੍ਰਕਾਸ਼ ਜਾਏ, ਕਿਤੇ ਉਹ ਇਹ ਵੀ ਛਵੀ ਲੈ ਕੇ ਜਾਏ ਕਿ ਅਸੀਂ ਬਿਹਾਰ ਆਏ ਸੀ ਜਿੱਥੇ ਗੁਰੂ ਜੀ ਦਾ ਜਨਮ ਸਥਾਨ ਹੈ, ਅਤੇ ਉਹ ਖੁਸ਼ ਖੁਸ਼ ਜਾਏ ਆਪਣੇ ਘਰ 'ਚ ਖੁਸ਼ ਰਹੇ। ਜੇਕਰ ਪਿਛਲੇ 50 ਸਾਲਾਂ ਦੌਰਾਨ ਬਿਹਾਰ ਦੇ ਇਤਿਹਾਸ 'ਤੇ ਨਿਗਾਹ ਮਾਰੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਪਹਿਲੇ ਕਦੀ ਇਹ ਡਿਵੈਲਪਮੈਂਟ ਬਿਹਾਰ ਦੇ ਵਿੱਚ ਹੋਈ ਹੋਵੇ, ਜੋ ਇਸ ਟਾਈਮ ਬਿਹਾਰ ਗੌਰਮੈਂਟ 350 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਕਰ ਰਹੀ ਹੈ। ਕਿਸ ਤਰ੍ਹਾਂ ਦੀ ਡਿਵੈਲਪਮੈਂਟ, ਕਿਸ ਤਰ੍ਹਾਂ ਦੇ ਕਾਰਜ ਬਿਹਾਰ ਸ਼ਹਿਰ ਦੇ ਵਿੱਚ ਕੀਤੇ ਗਏ ਹਨ? ਹਾਂਜੀ, ਤੁਸੀਂ ਠੀਕ ਕਹਿ ਰਹੇ ਹੋ, ਸਾਡੇ ਮਾਨਯ ਮੁੱਖ ਮੰਤਰੀ ਜੀ ਕਾਫੀ ਧਿਆਨ ਦਿੰਦੇ ਟੂਰਿਜ਼ਮ 'ਤੇ, ਅਤੇ ਇਹ ਸਾਡੇ 300 ਸਾਲਾ ਜਿਹੜਾ ਹੈ 50 ਸਾਲ ਪਹਿਲਾਂ ਵੀ ਮਨਾਇਆ ਗਿਆ ਸੀ, ਬਟ ਸਾਡੇ ਕਹੋ ਕਿ ਇਹ ਸਾਡਾ ਸੁਭਾਗ ਹੈ ਕਿ ਸਾਡੇ ਰਹਿੰਦੇ ਇਹ ਟਾਈਮ ਆਇਆ ਹੈ, ਅਤੇ ਸਾਡੇ ਮੁੱਖ ਮੰਤਰੀ ਜੀ ਨੇ ਇਹ ਕਿਹਾ ਕਿ ਬਈ ਅਸੀਂ ਇਹਨੂੰ ਅੱਛੀ ਤਰ੍ਹਾਂ ਮਨਾਈਏ। ਅਤੇ ਪਹਿਲੀ ਵਾਰੀ ਅਸੀਂ ਇੰਨੀ ਵੱਡੀ ਟੈਂਟ ਸਿਟੀ ਬਣਾ ਰਹੇ ਹਾਂ, ਜਨਰਲੀ ਕੁੰਭ ਮੇਲੇ 'ਚ ਅਤੇ ਬਾਕੀ ਚੀਜ਼ਾਂ 'ਚ ਤਾਂ ਲੱਗਦੀਆਂ ਨੇ, ਪਰ ਅਸੀਂ ਮੌਸਮ ਨੂੰ ਦੇਖ ਕੇ ਅਤੇ ਇੰਨਾ ਵੱਡਾ ਜਿਹੜਾ ਲੋਕ ਆਉਣਗੇ ਉਹਨਾਂ ਨੂੰ ਦੇਖਦੇ ਹੋਏ, ਸਾਡੀ ਬਸ ਇੰਨੀ ਕੋਸ਼ਿਸ਼ ਹੈ ਕਿ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਏ, ਠੰਡ ਦੇ ਵੇਲੇ 'ਚ ਸਾਰੇ ਕੋਈ ਆਰਾਮ ਨਾਲ ਨਿੱਘੀ ਤਰ੍ਹਾਂ ਇਹਨੂੰ ਮਨਾ ਸਕੀਏ, ਅਤੇ ਉਹਨਾਂ ਦੀ ਸਾਰੀ ਸੁੱਖ ਸੁਵਿਧਾ ਦਾ ਅਸੀਂ ਲੋਕ ਖਿਆਲ ਰੱਖਿਆ। ਅਤੇ ਇਹ ਪਹਿਲੀ ਵਾਰੀ ਹੋ ਰਿਹਾ, ਬਿਹਾਰ ਸਰਕਾਰ ਨੇ ਟੈਂਟ ਸਿਟੀ ਦੇ ਹੀ ਸਿਰਫ ਨਿਰਮਾਣ 'ਤੇ ਘੱਟ ਤੋਂ ਘੱਟ 50-60 ਲੱਖ ਕਰੋੜ ਰੁਪਇਆ ਖਰਚ ਕੀਤਾ ਹੈ। ਬਾਕੀ ਪੂਰੇ ਪਟਨਾ ਸ਼ਹਿਰ ਨੂੰ ਸਜਾਉਣ ਲਈ, ਸਾਫ਼ ਸੁਥਰਾ ਕਰਨ ਲਈ, ਸੜਕਾਂ ਨੂੰ ਚੌੜੀਕਰਨ ਕਰਨ ਲਈ, ਕਾਫੀ ਸਾਰੇ ਬ੍ਰਿਜਾਂ ਨੂੰ ਬਣਾਇਆ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਸੁੱਖ ਸੁਵਿਧਾ ਰਹੇ, ਜਾਣ 'ਚ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਏ। ਮਤਲਬ ਤੁਸੀਂ ਅੱਜ ਆ ਕੇ ਵੇਖੋਗੇ ਪਟਨਾ ਸਾਹਿਬ ਅਤੇ ਪਟਨਾ ਸ਼ਹਿਰ 'ਤੇ, ਤੁਹਾਨੂੰ ਖੁਦ ਵਿਸ਼ਵਾਸ ਨਹੀਂ ਹੋਏਗਾ ਕਿ ਕਿੰਨਾ ਬਦਲ ਗਿਆ। ਜੇਕਰ ਸੁਰੱਖਿਆ ਦੀ ਗੱਲ ਕਰੀਏ ਤਾਂ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ, ਕਿਉਂਕਿ ਯਾਤਰੀ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਆਉਣਗੇ। ਮੈਂ ਤੁਹਾਨੂੰ ਪੁੱਛਾਂਗੀ, ਤੁਹਾਡੇ ਕੋਲ ਕੋਈ ਆਪਣਾ ਡਾਟਾ ਆਇਆ, ਕਿੰਨੀ ਕੁ ਸੰਗਤ ਇੱਥੇ ਆਉਣ ਦੀ ਸੰਭਾਵਨਾ ਹੈ? ਅਸੀਂ ਲੋਕ ਮੰਨ ਰਹੇ ਹਾਂ ਘੱਟ ਤੋਂ ਘੱਟ 6-7 ਲੱਖ ਲੋਕ ਤਾਂ ਆ ਹੀ ਜਾਣਗੇ, ਸਾਡੇ ਇੱਥੇ ਵਾਹਿਗੁਰੂ ਦਾ ਮੇਹਰ ਰਹੇਗੀ। ਅਤੇ ਬਿਹਾਰ ਸਰਕਾਰ ਨੇ ਸਿਕਿਉਰਿਟੀ ਦੇ ਕਾਫੀ ਵਿਆਪਕ ਪ੍ਰਬੰਧ ਕੀਤੇ ਨੇ, ਸਾਡੀ ਸਭ ਜਗ੍ਹਾ ਬਹੁਤ ਜ਼ਿਆਦਾ ਡਿਪਲੋਇਮੈਂਟ ਹੈ। ਇੱਕ ਗਾਂਧੀ ਮੈਦਾਨ 'ਚ ਘੱਟ ਤੋਂ ਘੱਟ 15,000 ਸਿਪਾਹੀਆਂ ਦੀ ਡਿਪਲੋਇਮੈਂਟ ਹੈ। ਸਭ ਤਰ੍ਹਾਂ ਦਾ ਅਸੀਂ ਧਿਆਨ ਰੱਖ ਰਹੇ ਹਾਂ ਕਿ ਆਉਣ ਵਾਲੇ ਜਾਣ ਵਾਲੇ ਸਭ ਤਰ੍ਹਾਂ ਸਾਡੀ ਨਿਗਾਹ ਹੈ, ਅਤੇ ਸਾਡਾ ਇਹ ਪੂਰਾ ਕੰਟਰੋਲ ਹੈ ਕਿ ਇਹ ਪੂਰਾ ਫੰਕਸ਼ਨ ਜਿਹੜਾ ਹੈ ਬਿਨਾਂ ਕਿਸੇ ਅਪ੍ਰਿਯ ਘਟਨਾ ਤੋਂ ਆਰਾਮ ਨਾਲ ਨਿਕਲ ਜਾਏਗਾ, ਅਤੇ ਸਾਧ ਸੰਗਤਾਂ ਨੂੰ ਕੋਈ ਤਕਲੀਫ ਵੀ ਨਹੀਂ ਹੋਏਗੀ ਜ਼ਿਆਦਾ ਸਿਕਿਉਰਿਟੀ ਦੇਖ ਕੇ।
ਜੇਕਰ ਟਰਾਂਸਪੋਰਟ ਦੀ ਗੱਲ ਕਰੀਏ, ਤੁਸੀਂ ਕੀ ਸਾਡੇ ਦਰਸ਼ਕਾਂ ਨੂੰ ਸੁਨੇਹਾ ਦਿਓਗੇ ਵੀ ਆਪਣੀ ਟਰਾਂਸਪੋਰਟ ਦੀ ਵਰਤੋਂ ਕਰਨ ਜਾਂ ਜਿਹੜੇ ਸਰਕਾਰੀ ਵਹੀਕਲ ਨੇ ਉਹਨਾਂ ਦੀ ਵਰਤੋਂ ਕੀਤੀ ਜਾਏ ਤਾਂ ਜੋ ਪਾਰਕਿੰਗ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ? ਪਾਰਕਿੰਗ ਦੀ ਵੀ ਅਸੀਂ ਵਿਆਪਕ ਵਿਵਸਥਾ ਕੀਤੀ ਹੈ, ਵੱਡੀ ਵੱਡੀ ਗੱਡੀਆਂ ਜਿਹੜੇ ਨੇ ਉਹਨਾਂ ਦੀ ਪਾਰਕਿੰਗ ਲਈ ਅਸੀਂ ਵਿਵਸਥਾ ਕੀਤੀ ਹੈ, ਔਰ ਪੂਰੇ ਪਟਨਾ ਸ਼ਹਿਰ 'ਤੇ ਰਿੰਗ ਸਰਵਿਸ ਦੇ ਚੱਕਦੇ ਫਰੀ ਬੱਸ ਸਰਵਿਸ ਵੀ ਹੈ ਅਤੇ ਹੋਰ ਵੀ ਟਰਾਂਸਪੋਰਟ ਨੇ ਤਾਂ ਕਿ ਜੋ ਵੀ ਲੋਕ ਆ ਰਹੇ ਨੇ ਉਹਨਾਂ ਦੀ ਵੱਡੀ ਵੱਡੀ ਬੱਸਾਂ ਜਿੱਥੇ ਪਾਰਕ ਹੋ ਜਾਣਗੀਆਂ ਉੱਥੋਂ ਦੀ ਸਾਧ ਸੰਗਤ ਨੂੰ ਉਹਨਾਂ ਦੇ ਸਮਾਨ ਦੇ ਨਾਲ ਲੈ ਕੇ ਅਸੀਂ ਉਹਨਾਂ ਦੇ ਜਿੱਥੇ ਵੀ ਉਹ ਠਹਿਰੇ ਨੇ ਉੱਥੇ ਪਹੁੰਚਾ ਸਕੀਏ। ਬੱਸਾਂ ਦਾ ਇੰਤਜ਼ਾਮ ਹੈ, ਰਿਕਸ਼ਿਆਂ ਦਾ ਇੰਤਜ਼ਾਮ ਹੈ, ਛੋਟੇ ਛੋਟੀ ਚੀਜ਼ਾਂ ਦਾ ਇੰਤਜ਼ਾਮ ਹੈ, ਸਭ ਚੀਜ਼ਾਂ ਦਾ ਇੰਤਜ਼ਾਮ ਹੈ। ਅਤੇ ਮੈਂ ਤਾਂ ਇਹੀ ਕਹਾਂਗੀ ਕਿ ਉਹ ਘੁੰਮਾ ਕੇ ਆਓ, ਕੋਈ ਤਕਲੀਫ ਨਹੀਂ ਹੋਏਗੀ, ਇਹਦੇ ਲਈ ਪੂਰੀ ਬਿਹਾਰ ਸਰਕਾਰ ਤੁਹਾਡੇ ਲਈ ਖੜ੍ਹੀ ਹੈ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ 5 ਤੋਂ 6 ਲੱਖ ਯਾਤਰੀ ਆਉਣ ਦੀ ਸੰਭਾਵਨਾ, ਕਿ ਉਹਨਾਂ ਦੇ ਰਹਿਣ ਸਹਿਣ ਦੇ ਪੂਰੇ ਪੁਖਤਾ ਇੰਤਜ਼ਾਮ ਹੋ ਚੁੱਕੇ ਨੇ? ਅਗਰ ਜੇਕਰ ਯਾਤਰੀ ਆ ਰਹੇ ਨੇ ਤਾਂ ਉਹਨਾਂ ਨੂੰ ਰਹਿਣ ਸਹਿਣ ਲਈ ਕਿਹਨਾਂ ਨਾਲ ਸੰਪਰਕ ਕਰਨਾ ਪਏਗਾ? ਕੋਈ ਔਨਲਾਈਨ ਸਿਸਟਮ ਕੀਤਾ ਗਿਆ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀ ਰਿਹਾਇਸ਼ ਦੀ ਅਲਾਟਮੈਂਟ ਕੀਤੀ ਜਾਏਗੀ? ਹਾਂਜੀ, ਰਿਹਾਇਸ਼ ਦੀ ਅਲਾਟਮੈਂਟ ਕਰਨ ਲਈ ਅਸੀਂ ਸਾਰੀ ਜਗ੍ਹਾ ਆਪਣਾ ਵਿਆਪਕ ਪ੍ਰਚਾਰ ਪ੍ਰਸਾਰ ਤੋਂ ਟੋਲ ਨੰਬਰ ਦਿੱਤੇ ਨੇ, ਉਹ ਸਾਰੀ ਜਗ੍ਹਾ ਅਸੀਂ ਦੱਸ ਵੀ ਰਹੇ ਨੇ, 1800-1258-151-150। ਸਾਡੇ ਜਿਹੜੇ ਟੋਲ ਫਰੀ ਨੰਬਰ ਹੈ ਉੱਥੇ ਕਾਫੀ ਲੋਕਾਂ ਦੇ ਫੋਨ ਆ ਰਹੇ ਨੇ ਅਤੇ ਅਸੀਂ ਘੱਟ ਤੋਂ ਘੱਟ ਹਲੇ 20-25,000 ਲੋਕਾਂ ਦੀ ਬੁਕਿੰਗ ਵੀ ਕਰ ਚੁੱਕੇ ਹਾਂ। ਸਾਡੇ ਸਾਰੇ ਇੰਤਜ਼ਾਮਾਂ ਰਹਿਣ ਦੇ ਜਿਹੜੇ ਨੇ ਉਹ 25 ਦਸੰਬਰ ਤੋਂ ਹੀ ਸ਼ੁਰੂ ਹੋ ਜਾਣੇ ਹੈ, ਅਤੇ 25 ਦਸੰਬਰ ਤੋਂ ਜੋ ਵੀ ਜਾਤ ਸੰਗਤ ਆਏਗੀ ਉਹ ਆਪਣੇ ਉਹਨਾਂ ਨੂੰ ਪਹਿਲਾਂ ਹੀ ਅਸੀਂ ਇਹ ਵੀ ਦੱਸ ਰਹੇ ਨੇ ਕਿ ਤੁਸੀਂ ਕਿਹੜੇ ਟੈਂਟ ਸਿਟੀ 'ਚ ਰਹਿਣਾ ਹੈ, ਤੁਹਾਡੇ ਸਾਰੇ ਇੰਤਜ਼ਾਮਾਂ ਹੋ ਗਏ। ਸਾਡੇ ਟੋਲ ਫਰੀ ਨੰਬਰ 'ਚ ਜਿਹੜੇ ਬੰਦਾ ਆਪਣੇ ਬੁਕਿੰਗ ਕਰ ਰਿਹਾ ਉਹਨੂੰ ਵਾਪਸ ਫੋਨ ਵੀ ਜਾਂਦਾ ਹੈ ਉਹਦੇ ਮੋਬਾਈਲ ਨੰਬਰ 'ਤੇ ਕਿ ਜੀ ਆਇਆਂ ਨੂੰ ਤੁਹਾਡੀ ਬੁਕਿੰਗ ਹੋ ਚੁੱਕੀ ਹੈ, ਤੁਸੀਂ ਕਦ ਆ ਰਹੇ ਹੋ, ਤੁਸੀਂ ਕਿਹੜੀ ਗੱਡੀਆਂ ਆ ਰਹੇ ਹੋ, ਤੁਸੀਂ ਬਾਏ ਰੋਡ ਆ ਰਹੇ ਹੋ, ਬਾਏ ਟ੍ਰੇਨ ਆ ਰਹੇ ਹੋ ਜਾਂ ਬਾਏ ਏਅਰ ਆ ਰਹੇ ਹੋ। ਅਸੀਂ ਉਹਨਾਂ ਦਾ ਇੰਤਜ਼ਾਮ ਰੱਖਿਆ ਕਿ ਅਸੀਂ ਟਰੇਸ ਕਰਦੇ ਰਹਾਂਗੇ ਅਤੇ ਤੁਹਾਨੂੰ ਜਿੱਥੋਂ ਤੋਂ ਵੀ ਤੁਸੀਂ ਆਓਗੇ, ਚਾਹੇ ਰੇਲਵੇ ਸਟੇਸ਼ਨ ਹੋਏ, ਚਾਹੇ ਏਅਰਪੋਰਟ ਹੋਏ, ਚਾਹੇ ਜਾਂ ਬੱਸੋਂ ਹੋ, ਉਹ ਸਾਡਾ ਸਾਰਾ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਅਸੀਂ ਲੋਕ ਟਰੇਸ ਕਰਦੇ ਹੋਏ ਉਹਨਾਂ ਨੂੰ ਸਾਧ ਸੰਗਤ ਨੂੰ ਸਹੀ ਜਗ੍ਹਾ ਲੈ ਆਵਾਂਗੇ ਬਿਨਾਂ ਕਿਸੇ ਵਿਘਨ ਤੋਂ, ਸੀਮਲੈਸਲੀ, ਸੋ ਦੈਟ ਦੇ ਡੋਂਟ ਹੈਵ ਐਨੀ ਇਸ਼ੂਜ਼ ਐਂਡ ਦੇ ਕਮ ਹੇਅਰ ਇਮੀਡੀਏਟਲੀ ਵਿਦਆਊਟ ਐਨੀ ਹੈਸਲ। ਜਿਸ ਤਰ੍ਹਾਂ ਕਿ ਤੁਸੀਂ ਕਿਹਾ ਟੈਂਟ ਸਿਟੀ ਦੇ ਅਰੇਂਜਮੈਂਟ ਕੀਤੇ ਗਏ ਨੇ, ਬਟ ਠੰਡ ਬਹੁਤ ਜ਼ਿਆਦਾ ਹੈਗੀ ਹੈ, ਸੰਗਤਾਂ ਦੇ ਜਿਹੜਾ ਆਪਣਾ ਕੁਐਰੀਜ਼ ਹੈਗੀਆਂ ਉਹ ਕਹਿੰਦੇ ਠੰਡ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਏਗਾ? ਸਾਡੀ ਟੈਂਟ ਸਿਟੀ ਜੇ ਅਸੀਂ ਉਸ ਤਰ੍ਹਾਂ ਦੀ ਬਣਾਈ ਹੈ ਜੋ ਆਮ ਟੈਂਟ ਹੁੰਦੇ ਉੱਦਾਂ ਦੇ ਟੈਂਟ ਨਹੀਂ ਗਏ ਜਿੱਦਾਂ ਅਸੀਂ ਕਨਾਤ ਦੇਖਦੇ ਹਾਂ ਸ਼ਾਦੀ ਵਿਆਹ 'ਚ। ਇਹ ਸਪੈਸ਼ਲ ਟੈਂਟਸ ਨੇ, ਕਾਫੀ ਮੋਟੇ ਨੇ, ਇਹਨਾਂ 'ਚ ਖਿਆਲ ਰੱਖਿਆ ਗਿਆ ਕਿ ਅੰਦਰ ਠੰਡ ਨਾ ਆਏ। ਹੀਟਰਾਂ ਤੱਕ ਦਾ ਇੰਤਜ਼ਾਮ ਹੈ ਅਤੇ ਆਉਣ ਵਾਲੀ ਸਾਧ ਸੰਗਤ ਨੂੰ ਗੱਦੇ, ਰਜਾਈ, ਤਲਾਈ, ਕੰਬਲ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਹੈ, ਔਰ ਨਹਾਉਣ ਲਈ ਗਰਮ ਪਾਣੀ ਵੀ ਹੈ, ਇੰਨਾ ਠੰਡਾ ਹੈ, ਹੱਥ ਲਾਉਣ ਨੂੰ ਵੀ ਲੋਕਾਂ ਨੂੰ ਦਿੱਕਤ ਹੁੰਦੀ ਹੈ, ਅਤੇ ਅਸੀਂ ਹੀਟਰਾਂ ਦਾ ਵੀ ਪ੍ਰਬੰਧ ਕੀਤਾ ਹੈ, ਤੁਹਾਡੇ ਮੋਬਾਈਲ ਫੋਨ ਦੇ ਚਾਰਜਰਾਂ ਦਾ ਵੀ ਪ੍ਰਬੰਧ ਕੀਤਾ ਹੈ, ਹਰ ਇੱਕ ਛੋਟੀ ਜਿਹੀ ਛੋਟੀ ਚੀਜ਼ ਦਾ ਅਸੀਂ ਧਿਆਨ ਰੱਖਿਆ ਹੈ। ਅਸੀਂ ਕਿਸੇ ਜਾਂਦੇ ਹਾਂ ਅਤੇ ਸਾਨੂੰ ਕੋਈ ਰਹਿਣ ਲਈ ਰਿਹਾਇਸ਼ ਸਥਾਨ ਮਿਲਦਾ ਹੈ ਅਤੇ ਅਸੀਂ ਕੀ ਸੁੱਖ ਸੁਵਿਧਾਵਾਂ ਲੱਭਦੇ ਹਾਂ, ਅਤੇ ਜੇ ਸਾਨੂੰ ਉਹ ਜਗ੍ਹਾ ਪਸੰਦ ਹੈ ਅਸੀਂ ਉੱਚ ਰਹਿ ਸਕਦੇ ਹਾਂ ਤਾਂ ਫਿਰ ਹਰ ਕੋਈ ਰਹਿ ਸਕਦਾ। ਅਤੇ ਸਾਡਾ ਸਾਰਾ ਇੰਤਜ਼ਾਮ ਉਸੇ ਹਿਸਾਬ ਨਾਲ ਰੱਖਿਆ ਹੈ ਕਿ ਹਰ ਜਿਹੜਾ ਬੰਦਾ ਆ ਰਿਹਾ ਉਹਨੂੰ ਕੋਈ ਤਕਲੀਫ ਨਹੀਂ ਹੋਏ ਅਤੇ ਉਹ ਬੜੇ ਆਰਾਮ ਨਾਲ ਰਹੇ ਅਤੇ ਠੰਡ 'ਚ ਵੀ ਉਹਨੂੰ ਸਾਰੇ ਕੰਬਲ, ਰਜਾਈ ਸਭ ਕੁਝ ਮਿਲੇਗਾ ਇੱਥੋਂ। ਵੱਡੀ ਗਿਣਤੀ ਸੰਗਤਾਂ ਦੇ ਆਉਣ ਦੀ ਸੰਭਾਵਨਾ ਹੈ, ਜੇਕਰ ਟ੍ਰੇਨਾਂ ਦੀ ਗੱਲ ਕਰੀਏ ਤਾਂ ਰੇਲ ਮੰਤਰਾਲਿਆਂ ਨਾਲ ਵੀ ਤੁਸੀਂ ਕੋਈ ਸੰਪਰਕ ਕੀਤਾ ਕੋਈ ਸਪੈਸ਼ਲ ਟ੍ਰੇਨਾਂ ਚਲਾਉਣ ਵਾਸਤੇ? ਹਾਂਜੀ, ਅਸੀਂ ਰੇਲਵੇ ਬੋਰਡ ਨੂੰ ਕਾਫੀ ਵਾਰੀ ਸਾਡੇ ਮੁੱਖ ਸਚਿਵ ਅਤੇ ਮੁੱਖ ਮੰਤਰੀ ਜੀ ਲਿਖ ਵੀ ਚੁੱਕੇ ਨੇ। ਸਾਨੂੰ ਹਲੇ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਜਿੰਨੀ ਵੀ ਟ੍ਰੇਨਾਂ ਆ ਰਹੀਆਂ ਨੇ ਪਟਨਾ ਸਾਹਿਬ 'ਚ ਉਹਨਾਂ 'ਚ ਸਾਰਿਆਂ 'ਚ ਸਪੈਸ਼ਲ ਬੋਗੀਜ਼ ਹੋਰ ਲੱਗ ਗਈਆਂ ਨੇ। ਸਾਰੀ ਟ੍ਰੇਨਾਂ ਜਿਹੜੀ ਵੀ ਬਿਹਾਰ ਹੋ ਕੇ ਕ੍ਰੋਸ ਕਰਦੀਆਂ, ਪਟਨਾ ਹੋ ਕੇ ਕ੍ਰੋਸ ਕਰਦੀਆਂ, ਉਹਨਾਂ ਦਾ ਸਪੈਸ਼ਲ ਸਟੋਪ ਕਰ ਦਿਆ ਗਿਆ ਪਟਨਾ 'ਚ, ਚਾਹੇ ਉਹ ਪਹਿਲਾਂ ਰੁਕਦੀ ਸੀ ਜਾਂ ਨਹੀਂ ਰੁਕਦੀ ਸੀ। ਅਤੇ ਹੋਰ ਵੀ ਕਈ ਸਪੈਸ਼ਲ ਟ੍ਰੇਨਾਂ ਚੱਲ ਰਹੀਆਂ ਨੇ ਰੇਲਵੇ ਵੱਲੋਂ ਤਾਂ ਕਿ ਲੋਕਾਂ ਨੂੰ ਹੋਏ। ਉਹਦੇ ਇਲਾਵਾ ਸਾਡੇ ਜਿਹੜੇ ਸਟੇਸ਼ਨ ਨੇ ਉੱਥੇ ਵੀ ਅਸੀਂ ਜਿਹੜੇ ਬੰਦੇ ਆਉਣੇ ਉਹਨਾਂ ਲਈ ਪਰਯਟਕ ਸੂਚਨਾ ਕੇਂਦਰ ਵੀ ਬਣਾਇਆ, ਸਭ ਜਗ੍ਹਾ ਮੇ ਆਈ ਹੈਲਪ ਯੂ ਦਾ ਸਾਡਾ ਆਫਿਸ ਹੋਏਗਾ, ਕਿਤੇ ਵੀ ਕੋਈ ਵੀ ਬੰਦੇ ਨੂੰ ਕੋਈ ਪਰੇਸ਼ਾਨੀ ਨਾ ਹੋ ਉਸ ਲਈ ਅਸੀਂ ਪੂਰੇ ਮੁਸਤੈਦ ਨੇ। ਜਗ੍ਹਾ ਜਗ੍ਹਾ ਸਾਡੇ ਵੋਲੰਟੀਅਰਸ ਲੱਗੇ ਹੋਣੇ ਹੈ, ਜਗ੍ਹਾ ਜਗ੍ਹਾ ਸਾਡੇ ਆਪਣੇ ਬੰਦੇ ਲੱਗੇ ਹੋਣੇ ਹੈ ਜਿਨ੍ਹਾਂ ਦਾ ਇਹ ਕੰਮ ਹੈ ਕਿ ਕਿਸੇ ਨੂੰ ਕੋਈ ਤਕਲੀਫ ਨਹੀਂ ਹੋ ਉਹਨੂੰ ਅਸੀਂ ਨੀਅਰੈਸਟ ਰਿਹਾਇਸ਼ ਸਥਾਨ, ਗੁਰਦੁਆਰੇ ਦਾ ਰਸਤਾ, ਜੇ ਉਹ ਭਟਕ ਗਿਆ ਤਾਂ ਉਹਨੂੰ ਲੈ ਕੇ ਆਈਏ, ਜਾਂ ਤੱਕ ਕਿ ਤੁਹਾਡੀ ਕੋਈ ਚੀਜ਼ ਜੇ ਖਵਾਜ ਗਈ ਹੈ ਉਹਦੇ ਲਈ ਵੀ ਅਸੀਂ ਇੰਤਜ਼ਾਮ ਕੀਤਾ ਹੈ। ਅਤੇ ਸਾਡਾ ਮੋਬਾਈਲ ਐਪ 'ਤੇ ਇਹ ਹੈ ਕਿ ਤੁਸੀਂ ਸਾਰੇ ਅਗਰ ਉਹਨੂੰ ਡਾਊਨਲੋਡ ਕਰ ਲਓ ਤਾਂ ਤੁਸੀਂ ਇੱਕ ਦੂਜੇ ਦੀ ਵੀ ਲੋਕੇਸ਼ਨ ਲੈ ਸਕਦੇ ਹੋ ਕਿ ਬਈ ਮੇਰਾ ਭਰਾ ਕਿੱਥੇ ਗਿਆ, ਉਹ ਇੱਥੇ ਹੀ ਸੀ ਭੀੜ 'ਚ ਕਿੱਥੇ ਚਲਾ ਗਿਆ, ਉਹਨੂੰ ਵੀ ਤੁਸੀਂ ਟਰੇਸ ਕਰਕੇ ਵਾਪਸ ਆਪਣੇ ਕੋਲ ਲੈ ਕੇ ਆ ਸਕਦੇ ਹੋ। ਅਤੇ ਅਸੀਂ ਦੂਰ ਤੱਕ ਸੋਚਿਆ, ਆਪਣੀ ਤਰਫੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੇ ਆਪਾਤਕਾਲੀਨ ਸਥਿਤੀ ਹੋ ਜਾਂ ਕੋਈ ਵੀ ਪਰੇਸ਼ਾਨੀ ਕਿਸੇ ਵੀ ਸੰਗਤ ਨੂੰ ਨਾ ਹੋ।
ਜੇਕਰ ਗੱਲ ਕਰੀਏ, ਇੱਡਾ ਵੱਡਾ ਇਵੈਂਟ ਹੋਣ ਜਾ ਰਿਹਾ ਹੈ ਕਿ ਤੁਹਾਡੇ ਵੱਲੋਂ ਸਪੈਸ਼ਲ ਇਨਵੀਟੇਸ਼ਨ ਵੀ ਭੇਜੇ ਗਏ ਨੇ, ਚਾਹੇ ਉਹ ਰਾਜਨੀਤਿਕ ਹਨ, ਚਾਹੇ ਉਹ ਪੰਥਕ ਸ਼ਖਸੀਅਤਾਂ ਹਨ, ਚਾਹੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ? ਹਾਂਜੀ, ਸਾਡੇ ਪ੍ਰਧਾਨ ਮੰਤਰੀ ਜੀ ਨੂੰ ਪਹਿਲਾਂ ਹੀ ਇਨਵੀਟੇਸ਼ਨ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਭੇਜ ਚੁੱਕੇ ਨੇ। ਉਹਨਾਂ ਨੇ ਇਕਰਾਰ ਵੀ ਕੀਤਾ ਹੈ, ਇਕਰਾਰ ਵੀ ਕਰ ਦਿੱਤਾ ਹੈ, ਉਹ ਜ਼ਰੂਰ ਆਉਣਗੇ। ਉਹਦੇ ਇਲਾਵਾ ਵੀ ਜਿਹੜੀ ਮਾਨੀ ਸ਼ਖਸੀਅਤਾਂ, ਅਸੀਂ ਲੋਕਾਂ ਨੂੰ ਸਾਡੀ ਸਰਕਾਰ ਆਪਣੇ ਹਿਸਾਬ ਨਾਲ ਲੋਕਾਂ ਨੂੰ ਆਮੰਤ੍ਰਿਤ ਕਰ ਰਹੀ ਹੈ। ਪਰ ਸਾਡਾ ਇਹ ਮਕਸਦ ਹੈ ਕਿ ਇੰਨਾ ਵੱਡਾ ਜਲਸਾ ਹੈ, ਇੰਨੀ ਵੱਡੀ ਸ਼ਖਸੀਅਤ ਦਾ ਇਹ ਜਿਹਨੂੰ ਕਹਿੰਦੇ ਵੰਸ ਇਨ ਅ ਲਾਈਫ ਟਾਈਮ ਓਪਰਚੁਨਿਟੀ ਇਵੈਂਟ ਹੈ, ਅਤੇ ਅਸੀਂ ਇਹ ਵੀ ਮੰਨਦੇ ਨੇ ਕਿ ਜਿਹਨੂੰ ਸ਼ਰਧਾ ਹੈ ਉਹ ਜ਼ਰੂਰ ਆਏਗਾ ਅਤੇ ਆਪਣੇ ਮਨ ਦੀ ਇੱਛਾ ਪੂਰਨ ਕਰਨ ਲਈ ਆਏਗਾ। ਬਾਕੀ ਸਿੱਖੀਜ਼ਮ 'ਚ ਤਾਂ ਇਹ ਜ਼ਰੂਰ ਲਿਖਿਆ ਹੈ ਕਿ ਵਾਹਿਗੁਰੂ ਸਾਰਿਆਂ ਦੇ ਅੰਦਰ ਹੈ, ਕਿਸੇ ਕੋਈ ਸਥਾਨ 'ਤੇ ਨਹੀਂ ਗਾ। ਪਰ ਕਿਉਂਕਿ ਦਸ਼ਮੇਸ਼ ਪਿਤਾ ਦਾ ਇਹ ਜਨਮ ਸਥਾਨ ਹੈ, ਲੋਕਾਂ ਦੀ ਆਸਥਾ ਹੈ, ਅਤੇ ਸਾਡੀ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਆਓ, ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ। ਜੇਕਰ ਲੰਗਰਾਂ ਦੀ ਗੱਲ ਕਰੀਏ, ਖਾਣ ਪੀਣ ਦੀ ਵਿਵਸਥਾ ਦੀ ਗੱਲ ਕਰੀਏ, ਅੱਜ ਵੀ ਕਈ ਕਾਰ ਸੇਵਾ ਦੇ ਡੇਰਿਆਂ ਤੋਂ ਜਾਂ ਪੰਥਕ ਸ਼ਖਸੀਅਤਾਂ ਇੱਥੇ ਲੰਗਰ ਲਗਾਉਣ ਦੀ ਚਾਹਵਾਨ ਵੀ ਹੈਗੀਆਂ ਨੇ, ਅਤੇ ਤੁਹਾਡੇ ਵੱਲੋਂ ਵੀ ਕੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ? ਅਤੇ ਜਿਹੜੇ ਬਾਹਰੋਂ ਆ ਕੇ ਇੱਥੇ ਲੰਗਰ ਲਗਾਉਣਾ ਚਾਹੁੰਦੇ ਹਨ, ਉਹਨਾਂ ਵਾਸਤੇ ਕੋਈ ਸਪੈਸ਼ਲ ਜਗ੍ਹਾ ਅਰੇਂਜ ਕੀਤੀਆਂ ਗਈਆਂ ਹਨ? ਹਾਂਜੀ, ਸਾਡੀ ਸਾਰੀ ਟੈਂਟ ਸਿਟੀ 'ਚ ਲੰਗਰ ਦੇ ਇੰਤਜ਼ਾਮ ਕੀਤੇ ਗਏ ਨੇ। ਸਾਡੇ ਜਿਹੜਾ ਮੇਨ ਤਖ਼ਤ ਹਰਿਮੰਦਰ ਸਾਹਿਬ ਹੈ, ਉਹਦੇ ਲਾਗੇ ਵੀ ਜਿਹੜੀ ਸਾਡੀ ਟੈਂਟ ਸਿਟੀ ਹੈ, ਉਹ 'ਚ ਵੀ ਲੰਗਰ ਦੇ ਇੰਤਜ਼ਾਮ ਕੀਤੇ ਨੇ। ਲੰਗਰ ਦੇ ਸਾਰੇ ਇੰਤਜ਼ਾਮ ਤਖ਼ਤ ਪ੍ਰਬੰਧਕ ਕਮੇਟੀ ਤੋਂ ਹੋ ਰਹੇ ਨੇ। ਤਖ਼ਤ ਪ੍ਰਬੰਧਕ ਕਮੇਟੀ ਜੀ ਹੈ, ਉਹਨਾਂ ਨੇ ਵੱਡੇ ਵੱਡੇ ਸੰਤਾਂ ਨਾਲ ਗੱਲ ਕੀਤੀ ਹੋਈ ਹੈ, ਸਾਰਿਆਂ ਨੂੰ ਆਪਣੀ ਆਪਣੀ ਜਗ੍ਹਾ ਅਲੋਟ ਕੀਤੀ ਹੈ। ਅਸੀਂ ਵੱਡੇ ਵੱਡੇ ਜਰਮਨ ਹੈਂਗਰ ਸਾਰੀ ਜਗ੍ਹਾ ਬਣਾ ਦਿੱਤੇ ਨੇ। ਸਾਡੇ ਸਾਰੇ ਜਿੰਨੇ ਵੀ ਲੰਗਰ ਥਾਂ ਨੇ, ਇੱਕ ਇੱਕ ਟੈਂਟ ਸਿਟੀ 'ਚ ਲੰਗਰ ਨੇ, ਉਹਦੇ ਇਲਾਵਾ ਵੀ ਬਥੇਰੀ ਥਾਂ ਲੰਗਰ ਲੱਗ ਰਹੇ ਨੇ ਲੋਕਾਂ ਦੀ ਭੀੜ ਨੂੰ ਦੇਖ ਕੇ। ਅਤੇ ਸਾਰੇ ਲੰਗਰਾਂ 'ਚ ਘੱਟ ਤੋਂ ਘੱਟ 6,000-7,000 ਬੰਦੇ ਇੱਕ ਟਾਈਮ 'ਤੇ ਬਹਿ ਕੇ ਖਾ ਸਕਦੇ। ਇੱਕ ਪੰਗਤ ਜਿਹੜੀ ਹੈ ਉਹ 7,000-6,000 ਦੇ ਘੱਟ ਨਹੀਂ ਗੀ। ਅਤੇ ਇੱਕ ਇੱਕ ਜਗ੍ਹਾ ਜਿੱਦਾਂ ਗਾਂਧੀ ਮੈਦਾਨ 'ਚ 3 ਲੰਗਰ ਨੇ, ਉਸੇ ਤਰ੍ਹਾਂ ਜਿਹੜੀ ਟੈਂਟ ਸਿਟੀ ਸਾਡੀ ਬਾਈਪਾਸ ਸਿਟੀ ਹੈ, ਉਹ 'ਚ ਵੀ 3 ਲੰਗਰ ਨੇ। ਇਲਾਵਾ ਜਿਹੜੇ ਕੰਗਨ ਘਾਟ ਹੈ, ਉਹਦੇ ਆਸ ਪਾਸ ਵੀ 2 ਲੰਗਰ ਨੇ, ਅਤੇ ਹੋਰ ਵੀ ਬਥੇਰੀ ਜਗ੍ਹਾ ਲੰਗਰ ਲੱਗਣੇ ਨੇ। ਜਿੱਦਾਂ ਅਸੀਂ ਕਹਿੰਦੇ ਹਾਂ, ਸੰਤਾਂ ਦੀ ਕਾਫੀ ਭੀੜ ਹੈ, ਪਰ ਉਹ ਸਾਰੇ ਲੰਗਰ ਲਗਾਉਣ ਦੀ ਪੂਰੀ ਸੇਵਾ ਜਿਹੜੀ ਹੈ ਉਹ ਤਖ਼ਤ ਹਰਿਮੰਦਰ ਜੀ ਸਾਹਿਬ ਖੁਦ ਕਰ ਰਹੇ ਹਨ। ਸਾਨੂੰ ਬੀਬੀ ਹਰਜੋਤ ਕੌਰ ਜੀ ਨੇ ਬੜੇ ਹੀ ਵਿਸਥਾਰਪੂਰਵਕ ਸ਼ਤਾਬਦੀ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ, ਕਿਸ ਤਰ੍ਹਾਂ ਆਉਣ ਵਾਲੀ ਸੰਗਤ ਨੂੰ ਕਿਸ ਤਰ੍ਹਾਂ ਇੱਥੋਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਅਸੀਂ ਇਸੇ ਤਰ੍ਹਾਂ ਹੀ ਟਾਈਮ ਟੂ ਟਾਈਮ, ਜਿਸ ਤਰ੍ਹਾਂ ਤੁਹਾਨੂੰ ਪਤਾ ਚੜ੍ਹਦੀ ਕਲਾ ਟਾਈਮ ਟੀ ਵੀ ਰੋਜ਼ਾਨਾ ਸਵੇਰੇ 1 ਘੰਟਾ ਤੋਂ 1 ਘੰਟਾ ਸ਼ਾਮੀ ਤੱਕ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਲਾਈਵ ਦਿਖਾ ਰਿਹਾ ਹੈ, ਔਰ ਇਸੇ ਤਰ੍ਹਾਂ ਹੀ ਉਹ ਪਟਨਾ ਸਾਹਿਬ ਦੇ ਸਮਾਗਮਾਂ ਬਾਰੇ ਵੀ ਆਪ ਜੀ ਨੂੰ ਜਾਣਕਾਰੀ ਦਿੰਦਾ ਰਹੇਗਾ। ਅਸੀਂ ਵੀ ਹਰਜੋਤ ਕੌਰ ਜੀ ਦੇ ਬੜੇ ਧੰਨਵਾਦੀ ਹਾਂ, ਜਿਨ੍ਹਾਂ ਨੇ ਬੜੇ ਵਿਸਥਾਰਪੂਰਵਕ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਵੇਲੇ ਪਟਨਾ ਜਿਹੜਾ ਹੈ ਉਸ ਟਾਈਮ ਇਹਦੀ ਜਿਹੜੀ ਰੰਗਤ ਹੈ, ਇਹਦੀ ਜੋ ਦਿੱਖ ਹੈ, ਇਸ ਤਰ੍ਹਾਂ ਹੋਏਗੀ ਜਿਵੇਂ ਇੱਕ ਨਵੀਂ ਵਿਆਹਣ ਵਾਲੀ ਦੁਲਹਨ ਸਜਾਈ ਜਾਂਦੀ ਹੈ। ਔਰ ਪਟਨਾ ਦੇ ਵਿੱਚ 50 ਸਾਲਾਂ ਦੌਰਾਨ ਪਹਿਲੀ ਵਾਰ, ਪਿਛਲੇ 50 ਸਾਲਾਂ ਵੱਲ ਝਾਤ ਮਾਰੀ ਹੈ, ਅਤੇ ਪਹਿਲੀ ਵਾਰੀ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੋਣ ਜਾ ਰਹੀ ਹੈ। ਹਰਜੋਤ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਨੂੰ ਕਹਾਂਗੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਪਟਨਾ ਸਾਹਿਬ ਦੀ ਧਰਤੀ ਤੋਂ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਸ ਸਮਾਗਮ ਬਾਰੇ? ਹਾਂਜੀ, ਮੇਰੀ ਸਾਰੀ ਸਮੂਹ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੰਨਾ ਵੱਡਾ ਸਾਡਾ 350 ਸਾਲ ਆ ਰਿਹਾ ਹੈ ਦਸ਼ਮੇਸ਼ ਪਿਤਾ ਵਾਹਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ, ਉਹ 'ਚ ਜ਼ੁਹਮ ਹੁਮਾ ਕੇ ਆਓ ਅਤੇ ਇਹ ਵਿਸ਼ਵਾਸ ਰੱਖੋ ਕਿ ਬਿਹਾਰ ਸਰਕਾਰ ਅਤੇ ਬਿਹਾਰ ਦਾ ਹਰ ਇੱਕ ਆਦਮੀ ਤੁਹਾਡੇ ਸਵਾਗਤ ਲਈ ਖੜ੍ਹਾ ਹੋਇਆ ਹੈ। ਅਤੇ ਆ ਕੇ ਦੇਖੋ ਕਿ ਬਿਹਾਰ ਦਾ ਅਤਿਥੀ ਸਤਿਕਾਰ ਕਿਹੜਾ ਹੈ। ਲੋਕਾਂ ਦੀ ਬਹੁਤ ਧਾਰਨਾ ਹੈ ਬਿਹਾਰ 'ਚ, ਪਰ ਅਸੀਂ ਬਿਹਾਰ ਵਾਲੇ ਤੁਹਾਨੂੰ ਦਿਖਾਵਾਂਗੇ ਕਿ ਸਾਡੇ ਦਿਲ ਕਿੰਨੇ ਵੱਡੇ ਨੇ। ਅਤੇ ਇਹ ਬਿਹਾਰ ਦੀ ਭੂਮੀ ਹੈ ਜਿਹ 'ਚ ਸਾਰੇ ਗੁਰੂਆਂ ਦਾ ਅਤੇ ਸਾਰੇ ਧਰਮਾਂ ਦਾ ਮਾਣ ਹੈ। ਅਤੇ ਕੁਛ ਤਾਂ ਗੱਲ ਹੈ ਜੇ ਬਿਹਾਰ ਦੀ ਭੂਮੀ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਅਤੇ ਹੱਥ ਜੋੜ ਕੇ ਬੇਨਤੀ ਹੈ, ਜ਼ਰੂਰ ਆਓ, ਗੁਰੂ ਭੂਮੀ 'ਚ ਤੁਹਾਡਾ ਸਵਾਗਤ ਹੈ ਜੀ। ਆਇਆ ਬਹੁਤ ਬਹੁਤ ਧੰਨਵਾਦ ਬੀਬੀ ਹਰਜੋਤ ਕੌਰ ਜੀ, ਤੁਸੀਂ ਦਿਲ ਦੀ ਗਹਿਰਾਈਆਂ ਨਾਲ ਪੂਰੇ ਵਰਲਡ ਦੀ ਦੁਨੀਆ ਨੂੰ ਜੋ 350 ਸਾਲਾ ਸਮਾਗਮ ਮਨਾਏ ਜਾਣ ਸੱਦਾ ਪੱਤਰ ਵੀ ਦਿੱਤਾ। ਅਸੀਂ ਆਪਣੇ ਆਪ ਨੂੰ ਵੀ ਬੜੇ ਭਾਗਾਂ ਵਾਲੇ ਸਮਝਦੇ ਹਾਂ ਜੋ ਪਟਨਾ ਦੀ ਧਰਤੀ 'ਤੇ ਗੁਰੂ ਸਾਹਿਬ ਨੇ ਆਪ ਇੱਕ ਗੁਰਸਿੱਖ ਦੀ ਡਿਊਟੀ ਲਗਾ ਕੇ ਇਹ ਕਾਰ ਸਿਰੇ ਚੜ੍ਹਾਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।